गुड़िया मेरी मारी चुकी गई है। कौन सी जी? थोड़ी जी मेरी दराणी सी भी, मेरे भतीजे ना भाई दी सी जी, मैं भजन नहीं दी जी, उन्हें मेरे ना आ दुश्मनी कटी है जी, तीन बारी मेरे उन्हें अग लगाई तीन महीने की मासूम बच्ची गोदी चुके बैठा है परिवार। जे तुहानू असी दस दईए इस बच्ची नाल की बीती तुहाडे पैरां तलों जमीन निकल जाएगी। बच्ची की चाची वालों ही जिन्हें मिट्टी विच दब के इसकी जान ले ली गई। जठाणी वालों जब उस रोकया गया तो गुस्से विच आई दराणी ने अपनी जठाणी की तीन महीनों की बच्ची नूं इन्नी खौफनाक मौत दे दित्ती। घटना वापरी जी, उन्हें गुड़िया मेरी मारी चुकी गई। कौन सी जी? थोड़ी जी मेरी दराणी सी जी। हाँ, कारण की रहा जी, क्यों चुकी जी? उन्हें कारण पता है भी, मेरे भतीजे ना भाई दी सी जी, मैं भजन नहीं दी जी, उन्हें मेरे ना आ दुश्मनी कटी है जी, तीन बारी मेरे उन्हें अग लगाई। कदों तो कुड़ी उन्हें ये किया जी, मतलब कोई सी या की किया उन्हें जी? उन्हें 12:30 जी मेरे गवांडियां दे घरे मैं पा के गई सी, मैं बैंक च जावड़ी जी, उन्हें गवांडियां दे घरों 11:30 मंगा ली आपके कोल, मुड़ के जी मेरे को गुड़िया नहीं पहुंची गी। मुंडे नू मेरे तो छोटे तो जी ना लेंदी आ, कहिंदे जी मैं उस बच्चे नू पढ़ाई है, बच्चा जी मेरा आंदा जी मैं नहीं लैके गया दी मां कोले जी, उहने मुड़ के जी ए नहीं जी उहने मार चुकी है मेरी गुड़िया। किदां तुहानू किदां पता लगा किथे मार के किथे रखिया सीगा? सीगा जी उह सानू इदां पता लग्गिया वी सानू आंदी मैं पलछ च कुड़ी डिग पई होणी, मुंडे तो असीं पलछ च कल वेखी ना सानू मिली, मुड़ के उदू बाद असी जो सारे ने साडे मंबर सरपंचां ने वेखी नहीं मिली, मुड़ के सानू तड़के ने आप ही दस्या भी कहिंदी भी उहदे पैर दिसी जांदे आ जी, आ मेरे दिओर नू दस्या जी, मेरे दिओर ने जी कसदी ना कड्डी की फ्लश वाली खोई जड़ी गई जी। हां जी हां, नहीं जी दूजी जड़ी आपणे मुड़े वाली जी जी कच्ची उच्ची हुई जी जी। मारिया किस तरीके नाल उहने जी? उह हुण जौंदी नपती जी, दुआ नप के मुड़ के जी तड़के 4 पलछ च सेड़ ला भी उहने कोई एब जी हरकत कीती है जी? उन्हें पहला हरकत की, पहला जी उन्हें मेरे 3 अग लगाई है। ਹੂੰ ਪੁਲਿਸ ਨੂੰ ਸ਼ਿਕਾਇਤ ਉਦੋਂ ਕੀਤੀ ਸੀ ਕਿ ਤੁਹਾਡੇ ਕੋਲ? ਨਹੀਂ ਜੀ, ਉਦੋਂ ਸਾਡੇ ਮੈਂਬਰਾਂ ਸਰਪੰਚਾਂ ਨੇ ਪਿੰਡ ਹੀ ਨਵੇੜਤਾ ਸੀਗਾ ਜੀ, ਉਦੋਂ ਆਪਦੇ ਮੁੰਡੇ ਦੀ ਸਹੁੰ ਚੁੱਕ ਕੇ ਕਹਿੰਦੀ ਵੀ ਮੈਂ ਆਪਦੀ ਮੁੰਡੇ ਦੀ ਸਹੁੰ ਲੱਗੇ ਵੀ ਮੈਂ ਅੱਗ ਨਹੀਂ ਲਾਈ ਜੀ, ਅਸੀਂ ਉਦੋਂ ਤਾਂ ਕਰਕੇ ਚੱਲ ਨਵੇੜਾ ਨਹੀਂ ਦੀ ਕਰ ਸਜ਼ਾ ਮਿਲਣੀ ਚਾਹੀਦੀ ਵੱਧ ਤੋਂ ਵੱਧ ਜੀ। ਕਿਉਂ ਮਾਸੂਮ ਬੱਚੇ ਦਾ ਕੀ ਸੀ, ਉਹਨੂੰ ਕਿਉਂ ਮਾਰਿਆ, ਕਿਸੇ ਦੇ ਤਕੜੇ ਦੇ ਮਾਰਦੀ? ਠੀਕ ਆ, ਅਸੀਂ ਰਿਪੋਰਟ ਕੀਤੀ ਪੁਲਿਸ ਨੂੰ, ਇਹਨਾਂ ਨੂੰ ਪਤਾ ਨਹੀਂ ਸੀ ਬੱਚੀ ਇਹ ਪਹਿਲਾਂ ਵੀ ਦੱਸ ਰਹੇ ਆ ਵੀ ਹਾਂਜੀ ਇਹ ਪਹਿਲਾਂ ਵੀ ਦੱਸ ਰਿਹਾ ਵੀ ਉਹਨੇ ਆਗੂ ਗਲਾਈ ਸੀ ਕੋਈ ਇਹੋ ਜਿਹੀ ਵਾਰਦਾਤ ਕੀਤੀ ਸੀ ਤੇ ਉਦੋਂ ਫਿਰ ਤੁਸੀਂ ਸਾਡੇ ਬਾਰੇ ਕੋਈ ਰਿਪੋਰਟ ਨਹੀਂ ਗਈ ਦੀ ਵੀ ਇੰਨਾ ਕੁਛ ਕਰ ਚੁੱਕੀ ਇਹ ਵੀ ਸਾਡੇ ਨਾਲ ਅੱਗ ਲਾ ਚੁੱਕੀ ਇਹ, ਸਾਨੂੰ ਕੋਈ ਰਿਪੋਰਟ ਨਹੀਂ ਆਈ ਦੀ, ਇਹਦੀ ਅੱਜ ਰਿਪੋਰਟ ਮਿਲੀ ਆ ਅੱਜ ਚਾਚੀ ਲੱਗਦੀ ਜੀ ਚਾਚੀ ਆ ਜੀ 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 ਹਾਂਜੀ ਕੀ ਕਾਰਨ ਕੀ ਲੱਗਦਾ ਕਿਸ ਕਾਰਨ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ? ਇਹਨੇ ਇਹੋ ਹੀ ਘਟਨਾ ਜਿਹੜੀ ਕੁੜੀ ਨੇ ਦੱਸ ਦਿੱਤੀ ਹੈ ਜੀ ਜੀ ਹਾਂ ਵੀ ਉਹ ਸਾਡੇ ਮੇਰੇ ਦਿਓਰ ਦਾ ਮੁੰਡਾ ਸੀ ਜਿਹਦੇ ਨਾਲ ਭੱਜਣਾ ਚਾਹੁੰਦੀ ਸੀ ਤੇ ਇਹ ਕੁੜੀ ਮੇਰੀ ਨਣਾਨ ਆ ਮਾਮੇ ਸਹੁਰੇ ਦੀ ਕੁੜੀ ਤੇ ਇਹਨੇ ਰੋਕਿਆ ਵੀ ਮੇਰੇ ਦਿਓਰ ਦਾ ਘਰ ਵੀ ਉੱਜੜੂਗਾ ਮੇਰਾ ਵੀ ਉੱਜੜੂਗਾ ਤੇ ਨਾਲ ਤੇਰਾ ਤਾਂ ਉੱਜੜਨਾ ਹੀ ਉੱਜੜਨਾ ਵੀ ਮੈਂ ਇਹ ਗੱਲ ਨਹੀਂ ਹੋਣ ਦੇਣੀ ਇਸ ਗੱਲ ਪਿੱਛੇ ਇਹਨੇ ਕੁੜੀ ਮਾਰ। ਬੱਚੀ ਦੀ ਕਿੰਨੀ ਉਮਰ ਹੈ ਜੀ? 3 ਮਹੀਨਿਆਂ ਦੀ। ਤੇ ਫਿਰ ਤੁਸੀਂ ਉੱਥੇ ਮੌਕੇ ਦੇ ਕੋਈ ਪੁਲਿਸ ਨੂੰ ਬੁਲਾਇਆ ਜੀ? ਨਹੀਂ ਬੁਲਾਇਆ ਜੀ, ਇਹਨਾਂ ਦੇ ਘਰਦਿਆਂ ਨੇ ਹੀ ਰੋਕਤਾ, ਕਹਿੰਦੇ ਵੀ ਬਾਅਦ ਵਿੱਚ ਪੁਲਿਸ ਨੂੰ ਦੱਸਾਂਗੇ ਆਪਾਂ ਨੂੰ ਕਿਤੋਂ ਕੋਈ ਆਪਾਂ ਨੂੰ ਰਿਪੋਰਟ ਕੀਤੀ ਹੈ ਜੀ ਜੀ ਇਹ ਤਾਂ ਅੱਜ ਸਵੇਰ ਕੀਤੀ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਬੱਚੀ ਵਿੱਚ ਹੈ? ਹਾਂਜੀ। ਅੱਛਾ ਜੀ, ਉਸ ਬਾਅਦ ਤੁਸੀਂ ਥਾਣੇ ਆਏ ਹੋ ਜੀ? ਹਾਂਜੀ ਹਾਂਜੀ। ਥਾਣੇ ਵਾਲਿਆਂ ਨੇ ਤੁਹਾਡੇ ਨਾਲ ਕੀ ਗੱਲਬਾਤ ਕੀਤੀ ਜੀ ਜਾਣ ਤੋਂ ਬਾਅਦ? ਉਹਨਾਂ ਨੇ ਜੀ ਉਹ ਤੋਂ ਸਬੂਤ ਲਿਆ, ਉਹਦੇ ਬਿਆਨ ਲਏ ਆ, ਫਿਰ ਉਹਨੇ ਜਦੋਂ 2-4 ਚਪੇੜੇ ਹੀ ਮਾਰੇ ਤਾਂ ਮੰਨ ਗਈ। ਅੱਛਾ ਜੀ। ਆਂਦੀ ਮੈਂ ਹੀ ਮਾਰੀ ਹੈ। ਔਰਤ ਦਾ ਕੀ ਨਾਮ ਹੈ ਜੀ? ਕਿੰਨੇ ਮਾਂ? ਸੁਖਜੀਤ ਕੌਰ। ਪਤੀ ਦਾ ਕੀ ਨਾਮ ਹੁੰਦੇ? ਸੁਖਪ੍ਰੀਤ। ਨਿੱਕਾ ਹਲਵੀਰ ਸਿੰਘ ਨਿੱਕਾ। ਤੁਹਾਡੀ ਹੁਣ ਮੰਗ ਕੀ ਹੈ ਜੀ? ਜੀ ਉਹ ਕਰੇ ਤਾਂ ਸਾਡੀ ਸਜ਼ਾ ਮਿਲਣੀ ਚਾਹੀਦੀ ਆ ਜੀ ਉਹਨੂੰ। ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਇਹ ਥਾਣਾ ਮੀਂਖਾ ਚ ਚੈੱਕ ਸਹਿਜੇ ਕੇ ਪਿੰਡ ਹੈਗਾ, ਉੱਥੋਂ ਦੀ ਇੱਕ ਅਮਨਦੀਪ ਕੌਰ ਵਾਈਫ ਆਫ ਦੀਪਲਾਲ ਹੈਗੇ, ਜਿਹਦੇ 5 ਬੱਚੇ ਸੀ, ਉਹ 5 ਜੋ 1-3 ਮਹੀਨੇ ਦੀ ਬੱਚੀ ਸੀਗੀ ਮਹਿਕਦੀਪ। ਇਹਦੇ ਘਰ ਦੇ ਬਿਲਕੁਲ ਸਾਹਮਣੇ ਮਹਿਕਦੀਪ ਦੀ ਚਾਚੀ ਸੁਖਪ੍ਰੀਤ ਕੌਰ ਵਾਈਫ ਆਫ ਬਲਵੀਰ ਸਿੰਘ ਰਹਿੰਦੀ ਹੈ, ਜਿਹਦੇ ਨਾਲ ਇਹ ਮਹਿਕਦੀਪ ਦੀ ਮਾਂ ਅਮਨਦੀਪ ਕੌਰ
ਅਤੇ ਜਸਪ੍ਰੀਤ ਸੁਖਪ੍ਰੀਤ ਇਹਨਾਂ ਦੇ ਆਪਸ ਵਿੱਚ ਮੰਨਦੇ ਨਹੀਂ ਸੀ, ਕਾਫੀ ਇਹਨਾਂ ਦਾ ਲੜਾਈ ਝਗੜਾ ਰਹਿੰਦਾ ਸੀਗਾ। ਪਹਿਲਾਂ ਵੀ ਦੋ ਤਿੰਨ ਵਾਰੀ ਇਹਨਾਂ ਦੀ ਕੋਈ ਆਗੂ ਦਾ ਇਹਨਾਂ ਦਾ ਪਿੰਡ 'ਚ ਰੌਲਾ ਪਿਆ। ਉਹ ਕੱਲ੍ਹ ਸ਼ਾਮ ਨੂੰ ਅੱਗੇ ਦੀ ਤਰ੍ਹਾਂ ਜਿਹੜੀ ਉਹਨਾਂ ਦੀ ਗੁਆਂਢਣ ਹੈਗੀ ਹੈ, ਉਹ ਬੱਚੀ ਨੂੰ ਆਮ ਤੌਰ 'ਤੇ ਖਿਡਾਉਣ ਲੈ ਜਾਂਦੀ ਸੀ, ਕਿਉਂਕਿ ਉਹਦੇ ਬੱਚਾ ਨਹੀਂ ਹੈਗਾ। ਅਤੇ ਇਹ ਮਾਂ ਜਿਹੜੀ ਹੈਗੀ ਹੈ ਲੜਕੀ ਦੀ ਮਹਿਕ ਦਿੰਦੀ ਹੈ, ਬਾਹਰ ਕੰਮ ਕਰਨ ਨੂੰ ਚਲੇ ਜਾਂਦੀ ਸੀ। ਉਹ ਬਾਹਰ ਗਈ ਹੋਈ ਸੀ ਅਤੇ ਪਿੱਛੋਂ ਇਹਦੀ ਬੇਟੀ ਛੋਟੀ ਜਿਹੜੀ ਸੀਗੀ, ਉਹਨੂੰ ਇਹਦੀ ਚਾਚੀ ਨੇ ਜਿਹੜੀ ਅਕਿਊਜ਼ ਹੈਗੀ ਇਸ ਮੁਕੱਦਮੇ ਦੀ, ਉਹਨੇ ਉਹਨੂੰ ਕਿਹਾ ਵੀ ਇਹਨੂੰ ਤੂੰ ਮੇਰੇ ਘਰ ਲੈ ਆ। ਉਹ ਉਹਦੇ ਘਰ ਲੈ ਗਈ। ਉਹਦੇ ਘਰ ਲਿਜਾਣ ਤੋਂ ਬਾਅਦ ਫਿਰ ਉਹ ਸ਼ਾਮ ਨੂੰ ਕਾਫੀ ਭਾਲ ਕਰਦੇ ਰਹੇ ਅਤੇ ਉਹਦਾ ਸੌ ਪਤਾ ਨਹੀਂ ਲੱਗਾ ਵੀ ਉਹ ਕਿੱਥੇ ਗਈ। ਕਾਫੀ ਲੋਕਾਂ ਨੇ ਫਿਰ ਉੱਥੇ ਉਹਦੇ ਘਰ ਦੀ ਸਰਚ ਕੀਤੀ। ਈਵਨ ਜਿਹੜੀ ਇਹਦੇ ਘਰ ਦੇ ਵਿੱਚ ਇੱਕ ਖੂਹ ਬਣੀ ਹੋਈ ਹੈ, ਜਿਹੜੀਆਂ ਫਲੱਸ਼ਾਂ ਪਿੰਡਾਂ 'ਚ ਬਣਦੀਆਂ ਨੇ ਉਹ ਖੂਹ ਟਾਈਪ ਹੈਗੀਆਂ, ਉਹਦੇ ਵਿੱਚ ਵੀ ਇਹਨਾਂ ਨੇ ਸਰੀਏ ਵਗੈਰਾ ਮਾਰ ਕੇ ਦੇਖਿਆ, ਪਰ ਉਹਦਾ ਕੁਛ ਪਤਾ ਨਹੀਂ ਲੱਗਾ। ਤਾਂ ਅੱਜ ਸਵੇਰੇ ਜਿਹੜੀ ਹੈਗੀ ਆ ਉਹਦੀ ਦੇਖਿਆ ਵੀ ਜਿਹੜੀ ਉਹਦੀ ਲਾਸ਼ ਹੈਗੀ ਆ ਉਹ ਪਾਣੀ ਦੇ ਵਿੱਚ, ਖੂਹ ਦੇ ਵਿੱਚ ਤੈਰਦੀ ਸੀਗੀ। ਤਾਂ ਉਹ ਲਾਸ਼ ਉੱਥੋਂ ਪਹਿਲਾਂ ਉਹਨੇ ਕੱਢੀ, ਕੱਢ ਕੇ ਫਿਰ ਉਹਨੇ ਜਿਹੜੀ ਮਿੱਟੀ ਸੀ ਘਰ ਦੇ ਵਿੱਚ ਹੀ ਉਹਦੇ ਵਿੱਚ ਦੱਬ ਦਿੱਤੀ। ਇਹ ਇੱਥੋਂ ਜਿਹੜੀ ਉਹ ਮਿੱਟੀ ਤਾਜ਼ੀ ਪੁੱਟੀ ਹੋਈ ਸੀਗੀ, ਸਵੇਰੇ ਜਦੋਂ ਦੁਆਰਾ ਭਾਲ ਕੀਤੀ ਗਈ ਤਾਂ ਉੱਥੋਂ ਉਹਨਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਡੈੱਡ ਬੋਡੀ ਬਾਹਰ ਕੱਢ ਲਈ, ਜਿਹਦੇ ਉੱਤੇ ਅਕਿਊਜ਼ ਜਿਹੜੀ ਹੈਗੀ ਹੈ ਸੁਖਪ੍ਰੀਤ ਕੌਰ ਦੇ ਖਿਲਾਫ਼ FIR ਨੰਬਰ 18 ਅੰਡਰ ਸੈਕਸ਼ਨ 302 IPC ਦਰਜ ਕਰ ਲਿਆ ਗਿਆ। ਵਜ੍ਹਾ ਰੰਜਿਸ਼ ਇਹਨਾਂ ਇਹਦੀ ਮਾਂ ਦੀ ਅਤੇ ਉਹਦੀ ਆਪਸ ਵਿੱਚ ਨਾ ਬਣਨਾ ਅਤੇ ਇੱਕ ਦੂਜੇ ਨਾਲ ਕਾਫ਼ੀ ਲੜਾਈ ਝਗੜਾ ਰਹਿਣਾ, ਉਹਨੂੰ ਸਾਹਮਣੇ ਇਹਨਾਂ ਦੇ ਘਰ ਹੈ, 4 ਦੀਵਾਰੀ ਇਹਨਾਂ ਦੀ ਹੈ ਨਹੀਂ ਕੋਈ, ਪਰ ਅਸੀਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਅਤੇ ਇਹਦਾ ਸਵੇਰੇ ਪੋਸਟਮਾਰਟਮ ਕਰਾਉਂਗੇ ਬੱਚੇ ਦਾ। ਬੱਚੇ ਦੀ ਮਾਂ, ਜਿਹੜਾ ਬੱਚੇ ਦੀ ਡੈਥ ਹੋਈ ਹੈ, ਉਹ ਕਤਲ ਹੋਇਆ, ਉਸਦੀ ਮਾਂ ਨੇ ਇਹ ਕਿਹਾ ਕਿ ਉਸਦੇ ਜਿਹੜਾ ਕੀ ਹੈ ਭਤੀਜੇ ਦੇ ਨਾਲ ਕੋਈ ਸੰਬੰਧ ਵਗੈਰਾ ਇਸਦੇ ਹੈਗੇ ਸੀ, ਉਸ ਤੋਂ ਇਹ ਰੋਕਦੀ ਸੀ। ਉਹ ਜਿਹੜੀ ਅਜੇ ਪ੍ਰਾਇਮਰੀ ਪੁੱਛਗਿੱਛ ਕਰਾਂਗੇ ਉਹ ਤੋਂ ਕਲੀਅਰ ਹੋ ਜਾਏਗਾ ਸਾਰਾ, ਕਿਉਂਕਿ ਇਸ ਗੱਲ ਜੇ ਜ਼ਿਆਦਾ ਸਮਝ ਨਹੀਂ ਆਈ ਜਿੰਨੇ ਉੱਥੇ ਲੋਕਾਂ ਦੇ ਵਿੱਚ ਜਿਹੜਾ ਪ੍ਰਚਾਰ ਸੀ ਤਾਂ ਉਹੀ ਸੀ ਕਿ ਇਹਨੂੰ ਦੋਵਾਂ ਦੀ ਆਪਣੀ ਮੰਨਦੀ ਨਹੀਂ, ਕਾਫੀ ਇਹਨਾਂ ਦਾ ਲੜਾਈ ਝਗੜਾ ਰਹਿੰਦਾ। ਬੱਚੀ ਦਾ ਜੀ ਪੋਸਟਮਾਰਟਮ ਸੰਸਕਾਰ ਹੋ ਗਿਆ? ਬੱਚੀ ਦਾ ਸਵੇਰੇ ਪੋਸਟਮਾਰਟਮ ਹੋਏਗਾ, ਜਦੋਂ FIR ਬੰਦ ਕੀਤੀ ਹੈ ਬਿਲਕੁਲ ਅਰੈਸਟ ਕਰ ਲਿਆ ਹੈਗਾ। ਉਹਨੇ ਆਪਣੇ ਚੌਂਕੇ ਦੇ ਵਿੱਚ ਇੱਕ ਟੈਂਕੀ ਵਾਲੀ ਜਗ੍ਹਾ ਹੈਗੀ ਜਿੱਥੇ ਮਿੱਟੀ ਪੁੱਟੀ ਹੋਈ ਸੀ, ਉੱਥੇ ਹੀ ਉਹਨੂੰ ਦੱਬਿਆ ਹੋਇਆ ਸੀ।